ਲੁਧਿਆਣਾ ਦੇ ਜ਼ਿਲ੍ਹਾ ਚੋਣ ਅਫਸਰ ਵੱਲੋਂ ਹਲਕਾ ਗਿੱਲ ਵਿੱਚ ਈਵੀਐਮ ਮਸ਼ੀਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਾ ਹੋਣ ਸੰਬੰਧੀ ਦਿੱਤੇ ਜਾ ਰਹੇ ਭਰੋਸੇ ਦੇ ਬਾਵਜੂਦ ਆਮ ਆਦਮੀ ਪਾਰਟੀ ਇਤਰਾਜ਼ ਜਤਾ ਰਹੀ ਹੈ। ਇਸ ਸੰਬੰਧ ਵਿੱਚ ਵੀਰਵਾਰ ਨੂੰ ਭਾਰਤ ਦੇ ਮੁੱਖ ਚੋਣ ਕਮਿਸ਼ਨ ਦੀ ਹਦਾਇਤ ਉੱਤੇ ਕਮਿਸ਼ਨ ਦੀ 2 ਮੈਂਬਰੀ ਟੀਮ ਨਰਿੰਦਰ ਚੌਹਾਨ ਅਤੇ ਰਕੇਸ਼ ਕੁਮਾਰ ਦੀ ਅਗਵਾਈ ਵਿੱਚ ਸਟਰੋਂਗ ਰੂਮ ਦਾ ਦੌਰਾ ਕਰਨ ਲਈ ਆਈ ਹੋਈ ਸੀ ਅਤੇ ਹਲਕੇ ਦੇ ਉਮੀਦਵਾਰਾਂ ਨਾਲ ਮੀਟਿੰਗ ਵੀ ਕੀਤੀ। ਇਹਨਾਂ ਮੈਂਬਰਾਂ ਵੱਲੋਂ ਕੀਤੀ ਗਈ ਛਾਣਬੀਨ ਦੀ ਰਿਪੋਰਟ ਵਿੱਚ ਸ਼ਾਮਲ ਤੱਥਾਂ ਬਾਰੇ ਹਾਲੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਇਹ ਰਿਪੋਰਟ ਮੁੱਖ ਚੋਣ ਕਮਿਸ਼ਨ ਨੂੰ ਸੌਂਪੀ ਜਾਣੀ ਹੈ। ਆਪ ਦੇ ਸਟੇਟ ਮੀਡੀਆ ਕਮੇਟੀ ਮੈਂਬਰ ਦਰਸ਼ਨ ਸਿੰਘ ਸ਼ੰਕਰ ਨੇ ਕਿਹਾ ਹੈ ਕਿ ਜ਼ਿਲ੍ਹਾ ਚੋਣ ਅਫਸਰ ਜਾਣ ਬੁੱਝ ਕੇ ਤੱਥਾਂ ਨੂੰ ਛੁਪਾ ਰਿਹਾ ਹੈ ਜਦੋਂ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਮੌਜੂਦ ਹੈ। ਹਮਾਰੇ ਲੁਧਿਆਣਾ ਜ਼ੋਨ ਕੇ ਗਿੱਲ ਹਲਕੇ ਕਾ ਜੋ ਸਟਰੋਂਗ ਰੂਮ ਹੈ ਉਸਮੇ 6 ਤਰੀਕ ਕੋ ਜੋ ਰਿਟਰਨਿੰਗ ਅਫਸਰ ਹੈ ਵੋ 15 ਬੰਦੇ ਆਪਣੇ ਸਾਥ ਅਨਔਥਰਾਈਜ਼ ਲੈ ਕੇ ਜੋ ਸਿਕਿਉਰਿਟੀ ਕਾ ਇਨਰ ਪੈਰੀਮੀਟਰ ਹੈ CRP ਕਾ ਉਸਕੇ ਆਗੇ ਜਾ ਕਰਕੇ ਉਸਨੇ ਕਰੀਬ 26 ਮਿੰਟ ਵੋ ਉਸਮੇ ਰਹਾ ਹੈ, ਉਸਮੇ ਸਮਾਨ ਇਧਰ ਉਧਰ ਕਰਤਾ ਰਹਾ ਹੈ। ਉਹ ਜੋ ਉਸਕੀ CCTV ਕੈਮਰੇ ਕੀ ਜੋ ਫੁਟੇਜ ਹੈ ਹਮਨੇ ਲੀ ਹੈ ਉਸਮੇ ਸਾਫ਼ ਦਿਖਾਈ ਦੇ ਰਹਾ ਹੈ। ਉਸਨੇ ਇੱਕ ਸਾਥ ਵਾਲੇ ਕਮਰੇ 'ਚ 4-5 ਟਰੰਕ ਜੋ EVM ਭਰਨੇ ਕੇ ਲੀਏ ਰੱਖੇ ਹੋਏ ਹੈ ਉਸਮੇ EVM ਥੀ ਜਾਂ ਨਹੀਂ ਯੇ ਤੋ ਹਮਾਰੇ ਕੋ ਨਹੀਂ ਮਾਲੂਮ, ਵੋ ਟਰੰਕ ਇੱਕ ਕਮਰੇ 'ਚ ਉਠਾ ਕੇ ਦੂਸਰੇ ਕਮਰੇ ਮੇ ਉਸਨੇ ਲੈ ਗਏ ਔਰ ਫਿਰ ਉਸਨੇ ਕੋ ਵਹਾਂ ਸੇ ਇੱਕ ਦੋ ਕੰਪਿਊਟਰ ਵੀ ਉਠਾਏ ਔਰ ਉਸਕੇ ਬਾਅਦ ਉਸਨੇ ਵੋ ਕਮਰਾ ਸੀਲ ਕੀਆ। ਜੋ ਸਟਰੋਂਗ ਰੂਮ ਥਾ ਵੋ ਪਹਿਲੇ 4 ਤਰੀਕ ਕੋ ਸੀਲ ਕੀਆ ਥਾ ਔਰ ਯੇ ਜਬ ਕਮਰੇ ਬਿਲਕੁਲ ਸਟਰੋਂਗ ਰੂਮ ਕੇ ਪਾਸ ਕੇ ਕਮਰੇ ਮੇ ਜਬ ਉਸਨੇ ਸੀਲ ਲਗਾਈ ਹੈ ਤੋ ਕਿਸੀ ਕੋ ਵੀ ਹਮਾਰੇ ਕੈਂਡੀਡੇਟ ਕੋ ਜਾਂ ਕਿਸੀ ਔਰ ਕੈਂਡੀਡੇਟ ਕੋ ਵਹਾਂ ਨਹੀਂ ਬੁਲਾਇਆ ਗਿਆ, ਨਾ ਹੀ ਹਮਾਰੇ ਰਿਪ੍ਰੈਜੈਂਟੇਟਿਵ ਵੋ ਵਹਾਂ ਥੇ ਉਨਕੋ ਵਹਾਂ ਬੁਲਾਇਆ ਗਿਆ। ਯੇ ਹਮਨੇ ਸ਼ਿਕਾਇਤ ਕੀ ਥੀ ਕਿ ਸਿਕਿਉਰਿਟੀ ਕਾ ਬ੍ਰੀਚ ਹੁਆ ਹੈ ਔਰ ਉਸਕਾ ਹਮਾਰੇ ਪਾਸ ਫੁਟੇਜ ਹੈ, ਮਗਰ ਐਡਮਿਨਿਸਟ੍ਰੇਸ਼ਨ ਜੋ ਕਹਿ ਰਹੀ ਹੈ ਕਿ ਸਟਰੋਂਗ ਰੂਮ ਮੇ ਬ੍ਰੀਚ ਨਹੀਂ ਹੁਆ, ਸਟਰੋਂਗ ਰੂਮ ਕੋ ਖੋਲਾ ਨਹੀਂ ਗਿਆ। ਯੇ ਹਮਾਰੇ ਕੋ ਨਹੀਂ ਮਾਲੂਮ ਕਿ ਵਹਾਂ ਜੋ ਰਹਾ ਹੈ RO 15 ਲੋਕ ਉਸਕੇ ਸਾਥ ਥੇ, ਇੱਕ ਸਿਕਿਉਰਿਟੀ ਕਾ ਪੰਜਾਬ ਪੁਲਿਸ ਕਾ ਕਾਂਸਟੇਬਲ ਵੀ ਉਸਕੇ ਸਾਥ ਥਾ, ਤੋ ਵਹਾਂ 26 ਮਿੰਟ ਵੋ ਇਧਰ ਉਧਰ ਸਮਾਨ ਕੋ ਕਰਤੇ ਰਹੇ। ਹਮਾਰੇ ਕੋ ਡਾਊਟ ਯਹੀ ਹੁਆ ਕਿ ਹਮਾਰੇ ਬਾਹਰ ਰਿਪ੍ਰੈਜੈਂਟੇਟਿਵ ਹੈ ਉਨਕੋ ਨਹੀਂ ਬੁਲਾਇਆ ਗਿਆ, ਹਮਾਰੇ ਕੈਂਡੀਡੇਟ ਕੋ ਨਹੀਂ ਬਤਾਇਆ ਗਿਆ, ਤੋ ਹਮਨੇ ਇਸਕੀ ਸ਼ਿਕਾਇਤ ਵੀ ਕੀ ਥੀ। ਆਜ ਵੀ ਹਮਨੇ ਇਲੈਕਸ਼ਨ ਕਮਿਸ਼ਨ ਕੇ ਜੋ ਰਿਪ੍ਰੈਜੈਂਟੇਟਿਵ ਆਏ ਥੇ ਉਨਕੇ ਸਾਹਮਣੇ ਜੇ ਮਾਮਲਾ ਰੱਖਾ ਹੈ ਤੋ ਉਨਕੋ ਸਾਰੀ ਬਾਤ ਸਮਝਾ ਦੀ ਹੈ। ਤੋ ਹਮਾਰੇ ਕੋ ਲੱਗ ਰਿਹਾ ਹੈ ਕਿ ਜੋ ਹਮਾਰੇ ਐਡਮਿਨਿਸਟ੍ਰੇਸ਼ਨ ਕੇ ਆਫਿਸਰ ਹੈ ਉਨਕੋ ਕੁਛ ਗੁੰਮਰਾਹ ਕਰ ਰਹੇ ਹੈ, ਮਗਰ ਹਮਾਰੇ ਕੋ ਇਲੈਕਸ਼ਨ ਕਮਿਸ਼ਨ ਨੇ ਕਹਾ ਹੈ ਕਿ ਵੋ ਇਸ ਸਾਰੇ ਜੋ ਪੜਤਾਲ ਕੀ ਹੈ ਉਸਕੀ ਰਿਪੋਰਟ ਆਗੇ ਸੌਂਪ ਦੇਗੇ ਇਲੈਕਸ਼ਨ ਕਮਿਸ਼ਨ।